ਦੇਸ਼ ਦੀ ਜਨਤਾ ਨੂੰ ਪੈ ਰਹੀ ਮਹਿੰਗਾਈ ਦੀ ਮਾਰ ਦੇ ਕਾਰਨ ਮੋਦੀ ਸਰਕਾਰ ਨੂੰ ਕਸੂਰਵਾਰ ਦੱਸਦਿਆਂ ਅੱਜ ਕਾਂਗਰਸ ਮਹਿਲਾ ਮੋਰਚਾ ਦੇ ਵੱਲੋਂ ਕਾਂਗਰਸ ਆਗੂ ਮਮਤਾ ਦੱਤਾ ਅਤੇ ਹੋਰ ਕਾਂਗਰਸ ਆਗੂ ਦੇ ਵੱਲੋਂ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਮੋਦੀ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਕਾਂਗਰਸੀ ਮਹਿਲਾ ਮੋਰਚਾ ਆਗੂ ਮਮਤਾ ਦੱਤਾ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇ ਵੱਲੋਂ ਲੋਕਾਂ ਨੂੰ ਮਹਿੰਗਾਈ ਦੀ ਚੱਕੀ ਵਿੱਚ ਪਿਸ ਕੇ ਰੱਖ ਦਿੱਤਾ ਹੈ। ਲੋਕਾਂ ਨੂੰ ਅੱਛੇ ਦਿਨ ਦਾ ਲਾਲਚ ਦੇ ਕੇ ਗੁੰਮਰਾਹ ਕਰਕੇ ਸਰਕਾਰ ਬਣਾ ਕੇ ਅੱਜ ਮਹਿੰਗਾਈ ਦੀ ਮਾਰ ਮਾਰੀ ਜਾ ਰਹੀ ਹੈ। ਇੱਕ ਪਾਸੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ, ਰਸੋਈ ਗੈਸ ਅਤੇ ਰਾਸ਼ਨ ਦੇ ਵਿੱਚ ਵੀ ਮਹਿੰਗਾਈ ਕਰ ਦਿੱਤੀ ਗਈ ਹੈ। ਉੱਧਰ ਦੂਜੇ ਪਾਸੇ ਕਿਸਾਨੀ ਅੰਦੋਲਨ ਵਿੱਚ ਮਾਰ ਰਹੇ ਕਿਸਾਨਾਂ ਦੇ ਵੱਲ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ, ਜਿਸ ਦੇ ਚੱਲਦੇ ਅੱਜ ਕਾਂਗਰਸ ਮਹਿਲਾ ਮੋਰਚੇ ਦੇ ਵੱਲੋਂ ਸੂਬੇ ਭਰ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਕੇਂਦਰ ਸਰਕਾਰ ਕੇਂਦਰ ਸਰਕਾਰ ਪੈਟਰੋਲ ਕੀ ਕੀਮਤਾਂ ਪੈਟਰੋਲ ਕੀ ਕੀਮਤਾਂ ਡੀਜ਼ਲ ਕੀ ਕੀਮਤਾਂ ਮਹਿੰਗਾਈ ਕੀ ਮਾਰ ਮਹਿੰਗਾਈ ਕੀ ਮਾਰ ਮਹਿੰਗਾਈ ਕੀ ਮਾਰ ਮੈਂ ਮਮਤਾ ਦੱਤਾ ਪੰਜਾਬ ਮਹਿਲਾ ਕਾਂਗਰਸ ਪ੍ਰੈਜ਼ੀਡੈਂਟ ਅੱਜ ਸਾਰੇ ਹੀ ਸਾਡੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਵਾਈਜ਼ ਜਿਹੜਾ ਮਹਿਲਾ ਕਾਂਗਰਸ NSUI ਔਰ ਯੂ ਸਾਰੇ ਜਾਣੇ ਜਿਹੜੇ ਅੱਜ ਪ੍ਰਦਰਸ਼ਨ ਕਰ ਰਹੇ ਨੇ ਉਹ ਸੁੱਤੀ ਸਰਕਾਰ ਮੋਦੀ ਸਰਕਾਰ ਨੂੰ ਜਗਾਉਣ ਦੇ ਵਾਸਤੇ, ਕਿਉਂਕਿ ਅੱਜ ਜੋ ਹਾਲਾਤ ਬਣ ਗਏ ਨੇ ਇੱਕ ਕਰੋਨਾ ਦੀ ਮਹਾਂਮਾਰੀ ਹੈ ਜਿਹਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ, ਔਰ ਦੂਸਰੀ ਇਹ ਜਿਹੜਾ ਤਾਨਾਸ਼ਾਹੀ ਰਵੱਈਆ ਆਪਣੀ ਮਨ ਮਰਜ਼ੀਆਂ ਦੇ ਜਿਹੜੇ ਰੇਟ ਦਿਨੋ ਦਿਨ ਵਧਾ ਲੈਂਦੇ ਨੇ, ਆਪਣੀ ਮਰਜ਼ੀਆਂ ਦੇ ਨਾਲ ਇਹ ਫੈਸਲੇ ਸੁਣਾ ਦਿੰਦੇ ਨੇ, ਔਰ ਸਿਰਫ ਅੱਛੇ ਦਿਨ ਵਾਸਤੇ ਇਹਨਾਂ ਨੇ ਕਹਿ ਕੇ ਆਏ ਸੀ ਤਾਕਤ ਦੇ ਵੀ ਸੱਤਾ ਦੇ ਵਿੱਚ, ਪਰ ਇਹਦੇ ਉਲਟ ਅੱਛੇ ਦਿਨ ਕਿਤੇ ਆਏ ਨੇ, ਅੱਛੇ ਦਿਨ ਇਹਨਾਂ ਦੇ ਆਪਣੇ ਚਹੇਤਿਆਂ ਦੇ ਆਏ ਨੇ ਜਿਨ੍ਹਾਂ ਦੀ ਸੁਣਵਾਈ ਕਰਦੇ ਹੈ ਆਮ ਜਨਤਾ, ਆਮ ਪਬਲਿਕ ਜਿਹੜੀ ਹੈ ਅੱਜ ਹਰ ਇੱਕ ਵਰਗ ਦੀ ਜਿਹੜੀ ਹੈ ਉਹ ਪਰੇਸ਼ਾਨ ਹੈ, ਚਾਹੇ ਸਾਡੀਆਂ ਮਹਿਲਾਵਾਂ ਜਿਹੜੀਆਂ ਚੁੱਲ੍ਹਾ ਚੌਂਕਾ ਚਲਾਉਂਦੀਆਂ ਨੇ ਉਹਨਾਂ ਨੂੰ ਪੁੱਛ ਕੇ ਦੇਖ ਲਓ, ਆਦਮੀ ਵਿਚਾਰਾ ਕਮਾ ਕੇ ਬੜੀ ਮੁਸ਼ਕਲ ਜੇ ਲਿਆਉਂਦਾ, ਪਰ ਉਹਦੇ ਵਿੱਚ ਵੀ ਪੇਟ ਭਰ ਕੇ ਆਪਣੇ ਬੱਚਿਆਂ ਨੂੰ ਅਤੇ ਆਦਮੀ ਨੂੰ ਰੋਟੀ ਨਹੀਂ ਖਵਾ ਸਕਦੇ, ਕਿਉਂਕਿ ਹਰ ਚੀਜ਼ ਦੇ ਵਿੱਚ ਮਹਿੰਗਾਈ ਹੈ। ਇਹ ਜਿਹੜੀਆਂ ਚੀਜ਼ਾਂ ਸੀ ਇਹ ਸਾਰੀ ਹਾਹਾਕਾਰ ਇੰਨੀ ਮਚੀ ਹੋਈ ਹੈ, ਪਰ ਇਸ ਤਾਨਾਸ਼ਾਹੀ ਸਰਕਾਰ ਦੇ ਉੱਪਰ ਕੋਈ ਅਸਰ ਨਹੀਂ ਹੋ ਰਿਹਾ। ਦੂਸਰੇ ਪਾਸੇ ਇੱਕ ਹੋਰ ਦੀ ਦੁੱਖ ਦੀ ਗੱਲ ਜਿਹੜੀ ਸਾਨੂੰ ਕਰਦੇ ਆ ਵੀ ਸਾਡੇ ਲੂ ਕੰਡੇ ਖੜੇ ਹੁੰਦੇ ਨੇ, ਸਾਡੇ ਕਿਸਾਨ ਵੀਰ ਅੱਜ 8 ਮਹੀਨੇ ਤੋਂ ਵੱਧ ਟਾਈਮ ਹੋ ਗਿਆ ਠੰਡ ਵਿੱਚ ਬਾਰਿਸ਼ ਵਿੱਚ ਗਰਮੀ ਦੇ ਵਿੱਚ ਉੱਥੇ ਧੁੱਪਾਂ 'ਚ ਕਲਪਦੇ ਪਏ ਆ, ਪਰ ਬੜੇ ਅਫਸੋਸ ਦੀ ਗੱਲ ਹੈ ਉਹ ਤਾਨਾਸ਼ਾਹੀ ਜਿਹੜੀ ਸਰਕਾਰ ਹੈ ਸੁੱਤੀ ਪਈ ਹੈ, ਉੱਥੇ ਕੋਈ ਅਸਰ ਨਹੀਂ ਹੋ ਰਿਹਾ। ਇਸੇ ਕਰਕੇ ਅਸੀਂ ਇਸ ਤਰ੍ਹਾਂ ਦੇ ਬੈਨਰ ਵੀ ਬਣਾਏ ਆ ਤਾਂ ਕਿ ਉਹ ਦੇਖਣ ਅਤੇ ਹੋਸ਼ ਵਿੱਚ ਆਉਣ, ਮੋਦੀ ਸਰਕਾਰ ਹੋਸ਼ ਮੇ ਆਓ। ਅਸੀਂ ਮੋਦੀ ਰੋਹਿਤ ਤ੍ਰਿਪਾਠੀ ਇਹ ਕਾਂਗਰਸ ਪਾਰਟੀ ਮਮਤਾ ਦੱਤਾ ਦੇ ਨੇਤ੍ਰਿਤਵ ਵਿੱਚ ਪ੍ਰਦਰਸ਼ਨ ਕੀਤਾ ਜਾਂਦਾ ਵਾ ਕਿ ਮੋਦੀ ਸਰਕਾਰ ਨੇ ਮਹਿੰਗਾਈ ਬਹੁਤ ਪੈਟਰੋਲ ਦਾ ਡੀਜ਼ਲ ਦਾ ਅਤੇ ਜਿੰਨਾ ਵੀ ਮਤਲਬ ਕਾਂਗਰਸ ਪਾਰਟੀ ਆਮ ਪਾਰਟੀ ਕਾਂਗਰਸ ਪਾਰਟੀ ਨੇ ਉੱਥੇ ਦਿੱਲੀ ਦੇ ਵਿੱਚ ਇੰਨੇ ਚਿਰ ਤੋਂ ਕਿਸਾਨ ਬੈਠੇ ਹੋਏ ਨੇ ਅਤੇ ਕਾਂਗਰਸ ਪਾਰਟੀ ਵੀ ਉਹਨਾਂ ਦੇ ਸਮਰਥਨ ਦੇ ਵਿੱਚ ਹੈ ਅਤੇ ਮੋਦੀ ਸਰਕਾਰ ਨੇ ਕੋਈ ਕੰਮ ਨਹੀਂ ਚੰਗਾ ਕੀਤਾ, ਬਹੁਤ ਹੀ ਕਿਸਾਨਾਂ ਵਾਸਤੇ ਵੀ ਗਰੀਬਾਂ ਵਾਸਤੇ ਅਤੇ ਕਾਂਗਰਸ ਪਾਰਟੀ ਵਾਸਤੇ ਵੀ ਇਹਨਾਂ ਨੇ ਪੂਰਾ ਹੀ ਤਾਨਾਸ਼ਾਹੀ ਸਰਕਾਰ ਹੈ, ਕੋਈ ਕੰਮ ਇਹਨਾਂ ਦਾ ਸਹੀ ਨਹੀਂ ਹੈ। ਗਰੀਬ ਬੰਦਾ ਪਰੇਸ਼ਾਨ ਹੈ, ਮਜ਼ਦੂਰ ਪਰੇਸ਼ਾਨ ਹੈ, ਕਿਸਾਨ ਪਰੇਸ਼ਾਨ ਹੈ, ਬਿਜ਼ਨਸਮੈਨ ਪਰੇਸ਼ਾਨ ਹੈ, ਜਿੰਨੇ ਵੀ ਕੰਮ ਤੁਸੀਂ ਵੇਖੋ ਕੋਈ ਵੀ ਕੰਮ ਇਹ ਸਹੀ ਨਹੀਂ ਕਰਦੇ। ਇਹਨਾਂ ਨੇ ਵਾਅਦਾ ਕੀਤਾ ਸੀ ਕਿ ਗਰੀਬੀ ਮੁਕਤ ਕਰਾਂਗਾ, ਇੱਥੇ ਸਾਰੇ ਸੁਖੀ ਰਹਿਣਗੇ, ਕੋਈ ਕਿਸੇ ਦਾ ਕੰਮ ਨਹੀਂ ਹੋਇਆ। ਇਸ ਕਰਕੇ ਮਮਤਾ ਦੱਤਾ ਖਾਦੀ ਬੋਰਡ ਦੇ ਚੇਅਰਮੈਨ ਹੈਗੇ, ਇਹਨਾਂ ਨੇ ਪ੍ਰੋਟੈਸਟ ਕੀਤਾ ਇੱਥੇ ਆਪਣੇ ਅਤੇ ਯੁਵਾ ਦੇ ਜਿੰਨੇ ਵੀ ਇੱਥੇ ਸਮਰਥਕ ਹੈਗੇ ਉਹਨਾਂ ਨੇ ਵੀ ਅਤੇ ਮਹਿਲਾ ਦੇ ਅਧਿਆਕਸ਼ ਮਮਤਾ ਦੱਤਾ ਪੂਜਾ ਸ਼ੁਕਲਾ ਜੀ ਸਾਰੇ ਟੀਮ ਦੇ ਨਾਲ ਆਪਾਂ ਆ ਕੇ MLA ਸੁਨੀਲ ਦੱਤੀ ਦੀ ਉਹਨਾਂ ਦੀ ਵੀ ਟੀਮ ਇੱਥੇ ਆਈ ਹੈ। ਆਵਾਜ਼ੀ ਕੰਮ TV ਦੀ ਅੰਮ੍ਰਿਤਸਰ ਤੋਂ ਸੁਨੀਲ ਕੁਮਾਰ ਦੀ ਰਿਪੋਰਟ।